ਸਿਉਂ ਗੁਰੂ ਜੀ ਨੇ ਜਿੱਥੇ ਕਿਤੇ ਪਖੰਡ ਸੀ ਪਖੰਡ ਨੂੰ ਵੀ ਦੂਰ ਕੀਤਾ। ਗੁਰੂ ਬਾਬੇ ਦਾ ਆਉਣ ਦਾ ਪ੍ਰਯੋਜਨ ਇਹ ਕੁਛ ਸੀ, ਹਰ ਪਾਸੇ ਸੁਧਾਰ ਕਰਨਾ, ਚਾਰੇ ਪੈਰ ਧਰਮ ਦੇ ਉਹਨਾਂ ਨੂੰ ਮੁਕੰਮਲ ਕਰਨਾ। ਸਿਉਂ ਕਰਕੇ ਗੁਰੂ ਜੀ ਨੇ ਇਉਂ ਉੱਥੇ ਸਿੱਖਿਆ ਦਿੱਤੀ, ਕਹਿਣ ਲੱਗੇ ਪਖੰਡ ਕਰਨਾ ਚੰਗਾ ਨਹੀਂ ਹੈ, ਇਹਦੇ ਵਿੱਚ ਫਾਇਦਾ ਕੁਛ ਨਹੀਂ, ਦੁੱਖ ਹੀ ਦੁੱਖ ਹੈ। ਸੱਚਾਈ ਇਨਸਾਨ ਨੂੰ ਬਹੁਤ ਸੁਖੀ ਕਰਦੀ ਹੈ, ਸੱਚਾਈ ਵਾਸਤੇ ਇਨਸਾਨ ਬਣਿਆ ਹੋਇਆ ਹੈ, ਸੱਚ ਜਿੱਡਾ ਕੋਈ ਪੁੰਨ ਨਹੀਂ, ਪਖੰਡ ਜਿੱਡਾ ਕੋਈ ਪਾਪ ਨਹੀਂ। ਇਸੀ ਤਰ੍ਹਾਂ ਗੁਰੂ ਬਾਬਾ ਜੀ ਨੇ ਇੱਕ ਕੋਈ ਬ੍ਰਾਹਮਣ ਉਹ ਸਾਹਮਣੇ ਸੰਦੂਕੜੀ ਰੱਖੀ ਹੈ, ਸ਼ਾਲਗ੍ਰਾਮ ਰੱਖਿਆ ਦੀ ਮੂਰਤੀ ਰੱਖੀ ਹੋਈ, ਮਾਰੀ ਬੈਠਾ ਮੱਥੇ ਚਮਕਵੇਰਾ ਲੱਗਿਆ ਗਲ ਚ ਲੱਗੀ। ਉਹ ਕਹਿੰਦਾ ਲੋਕਾਂ ਨੂੰ ਜਦੋਂ ਮੈਂ ਅੱਖਾਂ ਮੀਟ ਕੇ ਸਮਾਧੀ ਲਾਉਣਾ ਮੈਨੂੰ ਤਿੰਨ ਲੋਕ ਦੀ। ਗੁਰੂ ਜੀ ਵੀ ਉੱਥੇ ਪਹੁੰਚ ਗਏ, ਗੁਰੂ ਜੀ ਭਾਈ ਵਾਲੇ ਮਰਦਾਨ ਸਾਹਿਬ ਬੈਠ ਗਏ, ਕਿਉਂ ਗੱਲਾਂ ਕਰਦੇ ਸੁਣੀ ਗਏ। ਸਵਯੰ ਕਰਕੇ ਲੋਕ ਕੁਛ ਬੈਠੇ ਨੇ ਚਲੇ ਗਏ, ਅੱਖਾਂ ਮੀਟ ਕੇ ਬੈਠ ਗਏ। ਗੁਰੂ ਜੀ ਕਹਿਣ ਲਈ ਮਰਦਾਨੇ ਆ ਹੌਲੀ ਦੇ ਕੇ ਆ ਸੰਦੂਕੜੀ ਤੇ ਵਿਸ਼ਾਲ ਗੰਗ ਦੀ ਮੂਰਤੀ ਪਿੱਛੇ ਚੱਕ ਰੱਖ, ਐਸੇ ਕੀਤਾ। ਜਦੋਂ ਜਦੋਂ ਅੱਖਾਂ ਖੋਲੀਆਂ ਪੂਰੇ ਸੰਦੂਕੜੀ ਨੀ ਵਿਸ਼ਾਲ ਗੰਗ ਦੀ ਮੂਰਤੀ, ਰੋਣ ਲੱਗ ਗਿਆ, ਮੇਰੇ ਪੈਸੇ ਕੌਣ ਲੈ ਗਿਆ, ਸੰਦੂਕੜੀ ਕੇ ਪੈਸੇ ਵਿਸ਼ਾਲ ਗ੍ਰਾਮ ਕਿੱਧਰ ਗਿਆ। ਗੁਰੂ ਜੀ ਮੁਸਕਰਾ ਰਹੇ ਨੇ, ਕੁਝ ਦੇਰ ਤਾਂ ਹੁੰਦਾ ਰਿਹਾ, ਅਸੀਂ ਤੈਨੂੰ ਤਿੰਨ ਲੋਕ ਨੀ ਦੇਖਦੇ ਅੱਖਾਂ ਮੀਟ ਕੇ, ਤੂੰ ਕਹਿੰਦਾ ਅੱਖਾਂ ਮੀਟ ਕੇ ਤਿੰਨੇ ਲੋਕ ਦਿਸਦੇ ਨੇ, ਦੇਖ ਲੈ ਹੁਣ ਸੰਦੂਕੜੀ ਤਿੰਨਾਂ ਲੋਕਾਂ ਤੋਂ ਪਰੇ ਟੱਕਦੇ ਗਈ ਨੀ, ਇਹਨਾਂ ਦੇ ਵਿੱਚ ਹੀ ਹੋਣੀ ਹੈ ਕਿਤੇ ਅੱਖਾਂ ਮੀਟ ਕੇ ਦੇ। ਕਿੱਥੇ ਅਸੀਂ ਜਦੋਂ ਬਹੁਤ ਛਿੱਤਾ ਹੋਇਆ ਸੰਦੂਕੜੀ ਮਰਦਾਨੇ ਚੈੱਕ ਦੇ ਮੂਹਰੇ, ਗੁਰੂ ਜੀ ਕਹਿੰਦੇ ਪਖੰਡ ਨਹੀਂ ਕਰੀਦਾ, ਸਿੱਧਾ ਸਾਦਾ ਸਰਨਤਾ ਨਾਲ ਭਜਨ ਕਰਨਾ ਚਾਹੀਦੇ। ਇਸ ਗੱਲ ਵਿੱਚ